ह्यूमन वेलफेयर मंच पंजाब वालों 501 धियां दी लोहड़ी पटियाला विखे मनाई गई। ह्यूमन वेलफेयर मंच पंजाब वालों लगातार समाजिक भलाई के कार्ज किए जा रहे हैं। इसे समाज भलाई के कार्ज नूं अगे चलाउंदे होए अज चौथे साल फिर धियां दी लोहड़ी मनाई गई है। इस मौके पत्रकारां नाल गलबात करदे हां प्रधान अजय शर्मा ने दस्सिया कि हर साल की तरह इस बार भी साडी संस्था वालों 501 धियां दी लोहड़ी बड़ी धूमधाम नाल मनाई गई है। उन्हां कहा कि लोग जिथे धियां ते मुंडियां विच फर्क रखते हैं उत्थे ही साडी संस्था ह्यूमन वेलफेयर मंच पंजाब वालों धियां दा तय दिलों सत्कार करते हैं। इस मौके चेयरपर्सन गुरशरण कौर रंधावा और डॉक्टर सौरभ जैन ने विशेष तौर पर शिरकत की। रंधावा और जैन ने संस्था के किए जा रहे समाज भलाई के कार्यों की शलाघा की। सारे पटियाला वासियों को एडवांस में हैप्पी लोहड़ी। और आज जो अजय शर्मा जी और इनके पूरे ह्यूमन वेलफेयर मंच ने जो ये लोहड़ी का त्यौहार यहाँ पे मनाया है, मैं इनको बहुत बहुत शुभकामनाएं देता हूँ। और परमात्मा आने वाली लोहड़ी हमारे पंजाब के लिए, हमारे पूरे देश के लिए शुभ हो, ये भावना रखता हूँ। और एक बार फिर सभी को हैप्पी लोहड़ी, बहुत बहुत धन्यवाद। शर्मा जी क्या करूँ, मैं ह्यूमन वेलफेयर मंच प्रधान पंजाब अजय शर्मा। असी हर साल इत्थे पंजाब दे विच पटियाला जिले दे विच तियां दी लोहड़ी बना रहे हैं। चार साल तो तियां दा सत्कार करन लई, उन्हां दे मां बाप नूं उत्साहित करन लई इह लोहड़ी दा त्यौहार शुरू कीता वै, तां कि जनता नूं आम समाज 'च पता लग जाए वी मुंडे ते कुड़ी दे विच कोई फर्क नहीं। ਜਦੋਂ ਕਿਸੇ ਬੱਚੇ ਪੇਰੈਂਟਸ ਦੇ ਘਰ ਧੀ ਜੰਮਦੀ ਹੈ ਤਾਂ ਉਹਨੂੰ ਮਾਣ ਹੋਣਾ ਚਾਹੀਦਾ, ਕਿਤੇ ਨਾ ਕਿਤੇ ਉਹ ਆ ਕੇ ਬਹੁਤ ਬੱਚੇ ਉੱਚੇ ਅਹੁਦੇ 'ਤੇ ਪਹੁੰਚਦੀਆਂ ਤਾਂ ਮਾਂ ਬਾਪ ਨੂੰ ਫਕਰ ਹੋਣਾ ਚਾਹੀਦਾ। ਇਸ ਕਰਕੇ ਧੀਆਂ ਦੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਧੀਆਂ ਪਿਆਰ ਕਰਦੀਆਂ, ਸਤਿਕਾਰ ਦਿੰਦੀਆਂ ਨੇ, ਧੀਆਂ ਦੁੱਖ ਦਰਦ ਬਣਾਉਂਦੀਆਂ ਨੇ। ਧੀਆਂ ਦੇ ਉੱਤੇ ਕੋਈ ਵੀ ਲੜਕਾ ਨਹੀਂ ਉਨਾ ਕਰ ਸਕਦਾ ਜਿੰਨਾ ਧੀਆਂ ਸਨਮਾਨ ਦਿੰਦੀਆਂ। ਅੱਜ 501 ਧੀਆਂ ਦੀ ਲੋਹੜੀ ਮਨਾ ਰਹੇ ਹਾਂ ਅਸੀਂ। ਪਿਛਲੇ ਸਾਲ 351 ਧੀਆਂ ਦੀ ਲੋਹੜੀ ਸ਼ੁਰੂ ਕੀਤੀ ਸੀ। ਚਾਰ ਸਾਲ ਤੋਂ ਲਗਾਤਾਰ ਹਿਊਮਨ ਵੈਲਫੇਅਰ ਮੰਚ ਵੱਲੋਂ ਸਾਡੀ ਟੀਮ ਅਸ਼ੋਕ ਸ਼ਰਮਾ ਜੀ, ਸੁਤੰਤਰ ਰਾਜ ਪਾਸ਼ੀ ਜੀ, ਲਲਤਾ ਰਾਓ ਜੀ, ਬਿਰਨਾਮ ਸਿੰਘ ਅਵਲੋਵਾਲ, ਹੋਰ ਸਾਰੀ ਸਾਡੀ ਟੀਮ ਜਿਹੜੀ ਹੈ ਰਲ ਕੇ ਹਰ ਸਾਲ ਅਸੀਂ ਮਨਾ ਰਹੇ ਹਾਂ। ਸਾਰੇ ਪਟਿਆਲਾ ਵਾਸੀਆਂ ਦਾ ਸਾਨੂੰ ਸਹਿਯੋਗ ਹੁੰਦਾ। ਮੈਂ ਕਿਹਦਾ ਨਾਲ ਸ਼ਮਸ਼ੇਰ ਸਿੰਘ ਗੁੱਡੂ ਸਾਡੇ ਮੰਚ ਦੀ ਰੀੜ੍ਹ ਦੀ ਹੱਡੀ ਨੇ, ਸੌਰਭ ਜੈਨ ਜੀ ਅੱਜ ਸਾਡੇ ਨਾਲ ਖੜ੍ਹੇ ਨੇ, ਇਸ ਸਾਲ ਸਾਡੇ ਨਾਲ ਜੁੜੇ ਨੇ, ਮੇਰਾ ਖਿਆਲ ਅੱਗੇ ਤੋਂ ਵੀ ਸਾਡੇ ਨਾਲ ਜੁੜੇ ਰਹਿਣਗੇ। ਹਿਊਮਨ ਵੈਲਫੇਅਰ ਮੰਚ ਵੱਲੋਂ ਜਿਹੜਾ ਇਹ ਲੋਹੜੀ ਦਾ ਪ੍ਰੋਗਰਾਮ ਹਰ ਸਾਲ ਮਨਾਇਆ ਜਾਂਦਾ, ਅੱਜ ਵੀ ਉਸੇ ਦੇ ਤਹਿਤ 501 ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਬਹੁਤ ਅੱਛੀ ਗੱਲ ਹੈ ਕਿ ਬੇਟੀਆਂ ਨੂੰ ਇੰਨਾ ਜ਼ਿਆਦਾ ਮਾਣ ਦਿੱਤਾ ਜਾਣ ਲੱਗ ਗਿਆ। ਮੈਂ ਇੱਕ ਬੇਟੀ ਹੋਣ ਦੇ ਨਾਤੇ, ਇੱਕ ਔਰਤ ਹੋਣ ਦੇ ਨਾਤੇ ਇਸ ਫੰਕਸ਼ਨ ਦੀ ਹਮੇਸ਼ਾ ਹੀ ਬਹੁਤ ਇਹਨਾਂ ਦੀ ਸਾਰੀ ਟੀਮ ਦਾ, ਖਾਸ ਕਰਕੇ ਅਜੇ ਸ਼ਰਮਾ ਜੀ ਦਾ, ਪਰ ਸਾਰੀਆਂ ਹੀ ਡਿਪਾਰਟਮੈਂਟ ਵੱਲੋਂ ਸੁਪਰਵਾਈਜ਼ਰ CDPO ਮੈਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਹੜੀਆਂ ਕਿ ਬੇਟੀਆਂ ਨੂੰ ਇਹਨਾਂ ਦੇ ਪ੍ਰੋਗਰਾਮ ਮਨਾਉਣ ਲਈ ਇੰਨਾ ਅੱਗੇ ਲੈ ਕੇ ਜਾਣ ਲਈ ਖੇਚਲ ਕਰ ਰਹੀ। ਦੇਖੋ ਜੀ, ਹੁਣ ਜਿਹੜਾ ਇਲੈਕਸ਼ਨ ਦਾ ਦੌਰ ਸੀਗਾ ਨਾ, ਤਾਂ ਕੱਲ੍ਹ ਦਾ ਜਾਪਦਾ ਵੀ ਲੱਗ ਗਿਆ, ਪਰ ਬਹੁਤ ਕੋਸ਼ਿਸ਼ ਕੀਤੀ ਹੈ, ਫਿਰ ਵੀ ਥਾਂ ਥਾਂ 'ਤੇ ਧਰਨੇ ਗੁਜ਼ਾਰੇ ਸੀਗੇ। ਇਹ ਹੁੰਦਾ ਹੀ ਹੈ ਜਦੋਂ ਵੀ ਕੋਈ ਇਲੈਕਸ਼ਨ ਨੇੜੇ ਹੁੰਦੀ ਹੈ, ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਸ ਟਾਈਮ 'ਚ ਹੁੰਦਾ, ਪਰ ਕੋਸ਼ਿਸ਼ ਰਹੀ ਹੈ ਸਰਕਾਰ ਦੀ ਕਿ ਅਜਿਹਾ ਕੁਛ ਨਾ ਹੋਵੇ। ਟੀਚਰਸ ਵੀ, ਬੇਟੀਆਂ ਭੈਣਾਂ ਨੇ ਦੇਖੋ ਕਿੰਨਾ ਮਤਲਬ ਸੰਘਰਸ਼ ਕੀਤਾ, ਬਹੁਤ ਕੁਛ ਉਹਨਾਂ ਦਾ ਮੰਨਿਆ ਵੀ ਗਿਆ। ਕਿਤੇ ਨਾ ਕਿਤੇ ਮੈਂ ਇਸ ਗੱਲ 'ਚ, ਕਿਉਂਕਿ ਮੈਂ ਕੋਈ ਕਮੈਂਟ ਨਹੀਂ ਕਰਦੀ, ਮੰਤਰੀ ਸਾਹਿਬ ਵੀ ਇਹਦਾ ਪ੍ਰੋਪਰ ਜਵਾਬ ਦੇ ਸੀ, ਹਰ ਸਾਲ ਇਹ ਸੋਸਾਇਟੀ ਧੀਆਂ ਦੀ ਲੋਹੜੀ ਮਨਾਉਂਦੀ ਹੈ। ਇਹ ਨਹੀਂ ਕਿ ਇਹ ਪ੍ਰੋਗਰਾਮ 'ਤੇ ਆ ਕੇ ਖੁਸ਼ੀ ਮਨਾ ਕੇ ਚਲੇ ਜਾਓ, ਧੀਆਂ ਨੂੰ ਬਣਦਾ ਸਤਿਕਾਰ ਜ਼ਰੂਰ ਦਿਓ। ਸਰਕਾਰਾਂ ਬਹੁਤ ਕੋਸ਼ਿਸ਼ ਕਰਦੀਆਂ, ਪਰ ਸਾਨੂੰ ਆਪਣੇ ਸਮਾਜ ਨੂੰ ਇਕੱਠੇ ਹੋ ਕੇ ਧੀਆਂ ਨੂੰ ਅੱਗੇ ਲੈ ਕੇ ਜਾਣ ਲਈ ਹਰ ਉਪਰਾਲਾ ਜਿਹੜਾ ਕਰਨਾ ਚਾਹੀਦਾ। ਇਹ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਵੈਲਫੇਅਰ ਹਿਊਮਨ ਰਾਈਟਸ ਐਸੋਸੀਏਸ਼ਨ ਪੰਜਾਬ ਵੱਲੋਂ ਕਰਾਇਆ ਗਿਆ ਸੀ। ਮੈਂ ਉਹਨਾਂ ਦਾ, ਸਾਡੇ ਪ੍ਰਧਾਨ ਜੀ ਹੋਰਾਂ ਦੀ ਬਦੌਲਤ, ਸਾਰਿਆਂ ਦੀ ਬਦੌਲਤ ਹੁਣ ਕੰਟੀਨਿਊ ਚੇਅਰਮੈਨ ਹੈ। ਇਹ ਸਾਡਾ ਚੌਥਾ ਫੰਕਸ਼ਨ ਸੀ। 501 ਜਿਹੜੀਆਂ ਛੋਟੀਆਂ ਬੱਚੀਆਂ ਸੀ
उन्हां दी लोहड़ी मनाई सी। असी सारयां दे इत्थे आउण ते उन्हां दी लोहड़ी मनाउण ते असी बहुत ही माण महसूस करते हैं भी असी जो गरीब बच्ची असी हैगे ओह आई हाँ, असी उन्हां दा माण सत्कार कीता ते उहदे संबंध साढ़े जिन्ने भी इत्थे बहुत रुतबे वाले लोग पहुँचे सीगे ते राय साहब अज किसी कारण नहीं पहुँच सके जिन्हां दी जेल सरकारदगी सारा कुछ हो रहा है। तो संधु साहब ने गे साडे एसोसीएशन दे प्रधान ने साडे पंजाब दे प्रधान ने ह्यूमन राइट्स दे, उस तो अलावा बाकी सारी जिनी भी टीम है उन्होंने बहुत ही ढिडों प्यार दे के उन्होंने सत्कार करके गरीबों इत्थे बुलाया ते असी उन्होंने जिहड़ा भी तिल फुल दिता ते वो असी तुछ जिहा समझ के दिता पर वो बहुत अच्छा महसूस करते थे। सब तो पहला तो मैं इस संस्था का बहुत धन्यवादी हाँ जिन्होंने हर साल की तरह चौथा फंक्शन किया है धियां की लोहड़ी मनाने का। मुंडिया की लोहड़ी सारे परिवार अपने घर चैन धूमधाम वे वे केक ला के रिश्तेदारों को सद के बड़े वे वे आगाज न मनाते हैं, लेकिन धियां की लोहड़ी मनाने तो हरेक शर्म आती है भी सानू लोग की कहणगे। इस तरह साढ़े समाज से जड़े ना वो विचार बन चुके हैं। सो उन्हू धियां बिना तो संसार ही नहीं चलता, वड्डे वड्डे राजे महाराजे जिहड़े ने वी धी की कुख च पैदा होए है। सो धियां का सन्मान करने वास्ते जिहड़ी इन्हां दी संस्था ने एडा वड्डा उपराला किया ये सन्मान दे योग ने। अज भी इहदा चौथा प्रोग्राम सी, इतफाकन अज साहिबे कमाल श्री गुरु गोबिंद सिंह का जन्म दिहाड़ा भी है, उहदी मैं साडा सरबत दा भला चैरिटेबल ट्रस्ट वल्लों सारे संसार नूं जिहड़े जिहड़े भी इस चैनल नूं सुणदे है सारां नूं बहुत बहुत वधाई दिंदा। सारयां ते गुरु महाराज साहिब कृपा करन और इस संस्था ते भी इसे तरह ही मेह पर हथ रख के हर साल इन्हों तो जी सेवा लेंदे रहन। इन्हों का बड़ा वड्डा उपराला है, जिहड़ी धी है उही साडे समाज का माण है, उहदे नाल ही समाज अगे वधदा है। जे धियां ना होण तां जिहड़ी सृष्टि है उह अगे चलेगी नहीं, खत्म हो जाएगी। इस करके धियां का सन्मान धियां की पालना धियां का सत्कार करना जिहड़ा ना जी वह बहुत जरूरी है। जिहड़ा इन्होंने उपराला किया बड़ा अच्छा उपराला, इहदे नाल लोगों नूं होरां नूं भी सेध मिलदी है ते इहदे नाल धियां का माण ही वधदा है।